अज साडा इत्थे दा जो लोकल मीडिया पंजाब दा साडा साथ दे रहा, पर नैशनल जो मीडिया किसे ते कोई खबर नहीं, कोई उन्हां दी गड्डी तुहानूं दिख नहीं रही इत्थे। ਤੇ ਜਦੋਂ ਕਿਤੇ ਇਸ ਮੰਤਰੀ ਦਾ ਕਿਸੇ ਦੇ ਵਿਆਹ ਹੋਵੇ ਜਾਂ ਕਿਸੇ ਦੇ ਭੋਗ ਹੋਵੇ ਤਾਂ ਉਹ ਛਤਰੀਆਂ ਲੈ ਕੇ ਗੱਡੀਆਂ ਲੈ ਕੇ ਬਾਹਰ ਚ ਖੜੇ ਨੇ, ਕਿਹੜੀਆਂ ਨਹੀਂ ਆਉਂਦੀਆਂ ਗੱਡੀਆਂ ਕਿੰਨੀਆਂ ਨੇ। ਸੋ ਇਹ ਸਭ ਵਿਕੇ ਹੋਏ ਨੇ, ਪਰ ਅਸੀਂ ਵਿਕਣ ਵਾਲਿਆਂ ਵਿੱਚੋਂ ਹੈ ਨਹੀਂ। ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਸ਼ਰਮਾ। ਖੇਤੀ ਓਰਡੀਨੈਂਸ ਨੂੰ ਲੈ ਕੇ ਜਿੱਥੇ ਕਿਸਾਨਾਂ ਨੇ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਸੀ ਅਤੇ ਉਹਨਾਂ ਦੇ ਸਮਰਥਨ ਦੇ ਲਈ ਸਾਹਮਣੇ ਆਏ ਅਨੇਕਾਂ ਪੰਜਾਬੀ ਕਲਾਕਾਰ ਵੀ, ਅਤੇ ਜੇਕਰ ਗੱਲ ਕੀਤੀ ਜਾਵੇ ਮੀਡੀਆ ਦੀ ਤਾਂ ਮੀਡੀਆ ਨੇ ਹਰ ਇੱਕ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਦੂਜੇ ਪਾਸੇ ਸਿੱਪੀ ਗਿੱਲ ਨੇ ਲਾਈਵ ਆ ਕੇ ਮੀਡੀਆ ਦੇ ਬਾਰੇ ਬਹੁਤ ਹੀ ਅਜਿਹੀਆਂ ਗੱਲਾਂ ਕੀਤੀਆਂ ਜਿਸ ਦੇ ਵਿੱਚ ਉਹਨਾਂ ਦਾ ਗੁੱਸਾ ਵੀ ਜ਼ਾਹਿਰ ਹੋ ਰਿਹਾ ਸੀਗਾ। ਅਸੀਂ ਤੁਹਾਨੂੰ ਦੱਸ ਦਈਏ ਕਿ ਸਿੱਪੀ ਗਿੱਲ ਨੈਸ਼ਨਲ ਮੀਡੀਆ 'ਤੇ ਭੜਕਦੇ ਹੋਏ ਨਜ਼ਰ ਆਏ ਅਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਵਾਇਰਲ ਵੀ ਕੀਤਾ ਜਾ ਰਿਹਾ। ਸੋ ਆਓ ਤੁਹਾਨੂੰ ਦਿਖਾਉਂਦੇ ਹਾਂ ਕਿਹੜੀ ਵੀਡੀਓ ਹੈ ਜਿਹੜੀ ਸਾਂਝੀ ਕੀਤੀ ਹੈ ਸਿੱਪੀ ਗਿੱਲ ਨੇ, ਜਿਸ ਦੇ ਵਿੱਚ ਉਹ ਮੀਡੀਆ ਦੇ ਖਿਲਾਫ ਨਜ਼ਰ ਆ ਰਹੇ ਨੇ। ਤੇ ਪਿੱਛੇ ਜਾਣ ਵਾਲੇ ਬੰਦੇ ਨੇ ਤੇ ਇਹਨਾਂ ਦੀ ਚੀਕ ਇੱਥੋਂ ਹੀ ਪੈਣੀ ਆ, ਇੱਥੋਂ ਹੀ ਚੀਕ ਪੈਣੀ ਆ ਸਾਨੂੰ। ਆਹ ਜੋ ਚੀਜ਼ਾਂ ਛੋਟੀਆਂ ਛੋਟੀਆਂ ਅਸੀਂ ਕਰਾਂਗੇ ਤਾਂ ਆਪੇ ਉੱਤੋਂ ਤੱਕ ਉਹਨਾਂ ਨੂੰ ਸਮਝ ਆ ਜਾਣੀ, ਕਿਉਂਕਿ ਅੱਜ ਸਾਡਾ ਇੱਥੋਂ ਦਾ ਜੋ ਲੋਕਲ ਮੀਡੀਆ ਪੰਜਾਬ ਦਾ ਸਾਡਾ ਸਾਥ ਦੇ ਰਿਹਾ, ਪਰ ਨੈਸ਼ਨਲ ਜੋ ਮੀਡੀਆ ਕਿਸੇ 'ਤੇ ਕੋਈ ਖਬਰ ਨਹੀਂ, ਕੋਈ ਉਹਨਾਂ ਦੀ ਗੱਡੀ ਤੁਹਾਨੂੰ ਦਿਖ ਨਹੀਂ ਰਹੀ ਇੱਥੇ। ਤੇ ਜਦੋਂ ਕਿਤੇ ਇਸ ਮੰਤਰੀ ਦਾ ਕਿਸੇ ਦੇ ਵਿਆਹ ਹੋਵੇ ਜਾਂ ਕਿਸੇ ਦੇ ਭੋਗ ਹੋਵੇ ਤਾਂ ਉਹ ਛਤਰੀਆਂ ਲੈ ਕੇ ਗੱਡੀਆਂ ਲੈ ਕੇ ਬਾਹਰ 'ਚ ਖੜੇ ਨੇ, ਕਿਹੜੀਆਂ ਨਹੀਂ ਆਉਂਦੀਆਂ ਗੱਡੀਆਂ ਕਿੰਨੀਆਂ ਨੇ। ਸੋ ਇਹ ਸਭ ਵਿਕੇ ਹੋਏ ਨੇ, ਪਰ ਅਸੀਂ ਵਿਕਣ ਵਾਲਿਆਂ ਵਿੱਚੋਂ ਹੈ ਨਹੀਂ। ਇੱਦਾਂ ਹੀ ਸਾਥ ਬਣਾ ਕੇ ਰੱਖਿਓ, ਅਸੀਂ ਤੁਹਾਡੇ ਨਾਲ ਖੜੇ ਰਹਾਂਗੇ। ਥੈਂਕ ਯੂ ਸੋ ਮੱਚ। ਗੌਰਤਲਬ ਹੈ ਕਿ ਇਸ ਦੇ ਵਿੱਚ ਨੈਸ਼ਨਲ ਮੀਡੀਆ 'ਤੇ ਆਪਣਾ ਗੁੱਸਾ ਕੱਢਿਆ ਹੈ ਰੱਜ ਕੇ ਸਿੱਪੀ ਗਿੱਲ ਨੇ। ਫਿਲਹਾਲ ਸਿੱਪੀ ਗਿੱਲ ਦੀ ਇਸ ਸਟੇਟਮੈਂਟ ਦੇ ਬਾਰੇ ਤੁਹਾਡਾ ਕੀ ਫੀਡਬੈਕ ਆ ਸਾਡੇ ਨਾਲ ਜ਼ਰੂਰ ਸਾਂਝਾ ਕਰੋ, ਅਤੇ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-9649, 84374-9648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।